ਜੈਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਐਂਡ ਇਨਸਟ੍ਰਕਟਰ ਦੋਸਤੋ ਅੱਜ ਦੀ ਆਪਣੀ ਵੀਡੀਓ ਬਣਾਉਣ ਦਾ ਟੌਪਿਕ ਹੈ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਆ ਕੁਝ ਜੋ ਕਮੈਂਟ ਸੈਕਸ਼ਨ ਦੇ ਵਿੱਚ ਪੁੱਛੇ ਨੇ ਜਾਂ ਨਾਰਮਲੀ ਬੱਚਿਆਂ ਦੇ ਸਵਾਲਾਂ ਮਨ ਦੇ ਵਿੱਚ ਇਹ ਸਵਾਲ ਹੈ ਕਿ ਕਦੋਂ ਸਾਡੇ ਇਹਦੇ ਵਿੱਚ ਡਿਸਟ੍ਰਿਕਟ ਤੇ ਆਨਕ੍ਰਿਟ ਵਿੱਚ ਕੀ ਫਰਕ ਹੁੰਦਾ ਹੈ ਮੈਡੀਕਲ 14 ਤੋਂ ਪਹਿਲਾਂ ਹੋ ਜਾ ਨਹੀਂ ਜੁਆਇਨਿੰਗ ਕਦੋਂ ਹੋ ਵੇਟਿੰਗ ਲਿਸਟ ਹਨਾ ਬੱਚੇ ਜਿਨ੍ਹਾਂ ਦੀ ਨਹੀਂ ਆਈ ਹੈਗੀ ਨਾਮ ਤਾਂ ਉਹ ਕਹ ਰਹੇ ਨੇ ਵੇਟਿੰਗ ਲਿਸਟ ਦੀ ਮੰਗ ਤਾਂ ਉਸੇ ਹਿਸਾਬ ਦੇ ਨਾਲ ਸਾਰੇ ਕੁਐਸਚਨਾਂ ਦੇ ਤੇ ਜੋ ਵੀ ਹੋਰ ਵੀ ਕੁਐਸਚਨ ਹੈ ਤੁਹਾਡੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਮੈਂ ਕੋਸ਼ਿਸ਼ ਕਰਾਂਗਾ ਤੇ ਦੋਸਤੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਕ ਸ਼ûr ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੋਟੀਫਿਕੇਸ਼ਨ ਜ਼ਰੂਰ ਦਵਾ ਲਿਓ ਤਾਂ ਕਿ ਤੁਹਾਨੂੰ ਪੰਜਾਬ ਪੁਲਿਸ ਹੋਵੇ ਚਾਹੀ ਆਰਮੀ ਹੋਵੇ ਸਾਰਾ ਰਿਲੇਟਡ ਜਿਹੜੀ ਅਪਡੇਟ ਆ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਆ ਜਿਹੜੀ ਮਿਲ ਚਗੀ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਇੱਕ ਤੁਹਾਡਾ ਜਿਹੜਾ ਕੁਐਸਚਨ ਹੈ ਉਸ ਦਾ ਹੀ ਕਲੀਅਰ ਆਊਟ ਕਰ ਦੇਣਾ ਚਾਹੁੰਦਾ ਮੈਂ ਕਿ ਕਾਫੀ ਬੱਚੇ ਕਹਿ ਰਹੇ ਸੀ ਕਿ ਜਿਹੜੀ ਇਹ ਲਿਸ ਇਹ ਕੀ ਹੈ ਸਿਲੈਕਟਡ ਕੈਂਡੀਡੇਟ ਦੀ ਲਿਸਟ ਹੈ ਜਾਂ ਇਸ ਤੋਂ ਅਲੱਗ ਵੀ ਲਿਸਟ ਆਏਗੀ ਹਾਂਜੀ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਠੀਕ ਹੈ ਪੰਜਾਬ ਪੁਲਿਸ ਰਿਕਰੂਟਮੈਂਟ ਫਾਰ ਕਨਸਟੇਬਲ ਡਿਸਟ੍ਰਿਕਟ ਪੁਲਿਸ ਹੈਡਰ ਤੇ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੈਟਾਗਰੀ ਵਾਈਜ਼ ਕਟ-ਆਫ ਸਕੋਰ ਆਫਟਰ ਨੋਮਿਨੇਸ਼ਨ ਆਫ ਸਿਲੈਕਟਡ ਕੈਂਡੀਡੇਟ ਇਨ ਡਿਸਟ੍ਰਿਕਟ ਹੈਡਰ ਦੇਖ ਸਕਦੇ ਹੋ ਤੁਸੀਂ ਇਸ ਤੇ ਲਿਖਿਆ ਹੈ ਸਪੈਸ਼ਲੀ ਸਿਲੈਕਟਡ ਕੈਂਡੀਡੇਟ ਦੀ ਲਿਸਟ ਹੈ ਜੀ ਇਹ ਤੇ ਹੋਰ ਜਿਹੜੇ ਬੱਚੇ ਕਹਿ ਰਹੇ ਨੇ ਕਿ ਸਰ ਸੈਕੰਡ ਲਿਸਟ ਦੀ ਜਿਹੜੀ ਆ ਵੇਟ ਅਸੀਂ ਕਰੀਏ ਜਾਂ ਅਸੀਂ ਮੰਗ ਉਠਾਉਣੀ ਆ ਤਾਂ ਉਸ ਹਿਸਾਬ ਨਾਲ ਮੈਂ ਕਹਿ ਰਿਹਾ ਕਿ ਹਾਲੇ ਆਫੀਸ਼ੀਅਲੀ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਹੈਗਾ ਕਿ ਜਿਹੜੀ ਆ ਦੂਸਰੀ ਲਿਸਟ ਦੇ ਬਾਰੇ ਤਾਂ ਜਿਵੇਂ ਮੋਸਟਲੀ ਹਨਾ ਜਿੰਨੇ ਵੀ ਬੱਚੇ ਸੀਗੇ ਸਿਲੇਕਟ ਹੋਏ ਨੇ ਜਿੰਨੀ ਮਤਲਬ ਵੈਕੈਂਸੀ ਸੀਗੀ ਉਹ ਹਿਸਾਬ ਨਾਲ ਹੀ ਉਹਨੇ ਕਿ ਸਿਲੇਕਟ ਸਿਲੇਕਟਡ ਕੈਂਡੀਡੇਟ ਦੀ ਇਹ ਲਿਸਟ ਜਾਈ ਹੈ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਮੈਡੀਕਲ ਦੇ ਬਾਰੇ ਕਿ ਤੁਹਾਡਾ ਜਿਹੜਾ ਮੈਡੀਕਲ ਆ ਉਹ ਕਦੋਂ ਹੋਣਾ ਹੈ ਤੇ ਨੈਕਸਟ ਪ੍ਰੋਸੈਸਸ ਇਸ ਦਾ ਮੈਡੀਕਲ ਆ ਹੋਣ ਤੇ ਮੈਡੀਕਲ ਜਿਹਦੇ ਹਿਸਾਬ ਨਾਲ ਲਿਸਟ ਆਈ ਉਹ ਉਸ ਹਿਸਾਬ ਨਾਲ ਲੱਗ ਰਿਹਾ ਕਿ ਮੈਡੀਕਲ ਜਿਹੜਾ ਬਹੁਤ ਹੀ ਜ਼ਿਆਦਾ ਸਿੰਪਲ ਹੋਣ ਵਾਲਾ ਹੈ ਕੋਈ ਜ਼ਿਆਦਾ ਆਹਾਰਡ ਨਹੀਂ ਹੋਏਗਾ ਤੇ ਜਲਦੀ ਤੋਂ ਜਲਦੀ ਆ ਮੈਡੀਕਲ ਦੀ ਡੇਟ ਆ ਜਿਹੜੀ ਉਹ ਆ ਜਾਏਗੀ ਬਟ ਹਾਲੇ ਤੱਕ ਇਹਦੀ ਮੈਡੀਕਲ ਦੀ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਜਿਹੜੀ ਨਹੀਂ ਆਈ ਹੈਗੀ ਤੇ ਉਸ ਤੋਂ ਬਾਅਦ ਨੈਕਸਟ ਦੋਸਤੋ ਅਗਲੀ ਗੱਲ ਕਰਦੇ ਆ ਤੁਹਾਡਾ ਸਵਾਲ ਸੀਗਾ ਕਿ ਡਿਸਟ੍ਰਿਕਟ ਤੇ ਆਰਮਡ ਕੇਡਰ ਵਿੱਚ ਕੀ ਫਰਕ ਹੁੰਦਾ ਫਰਸਟ ਆਫ ਆਲ ਦੋਸਤੋ ਤੁਹਾਨੂੰ ਦੱਸ ਦੇਣਾ ਚਾਹਣਾ ਡਿਸਟ੍ਰਿਕਟ ਕੇਡਰ ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੋ ਰਿਹਾ ਕਿ ਇਹ ਹਨਾ ਜੋ ਨਾ ਬਚੇ ਜੂਟਿਆ ਜਿਹੜੀ ਡਿਸਟ੍ਰਿਕਟ ਦੇ ਅੰਦਰ ਅੰਦਰ ਹੀ ਰਹੇਗੀ ਠੀਕ ਹੈ ਜਿਵੇਂ ਜੁਕੇ ਦਾ ਫਤਿਹਗੜਾ ਹੈ ਜਾਂ ਉਹਦੀ ਫਤਿਹਗੜ ਦੇ ਵਿੱਚ ਵਿੱਚ ਰਹੇਗੀ ਹਨਾ ਲੁਧਿਆਣਾ ਤੇ ਲੁਧਾਨ ਦੇ ਵਿੱਚ ਵਿੱਚ ਤੇ ਜਿਹੜੇ ਆਰਮਡ ਕੇਡਰ ਵਾਲੇ ਹੁੰਦੇ ਆ ਉਹਨਾਂ ਦੀ ਡਿਊਟੀ ਹੈ ਜਿਹੜੀ ਆਊਟ ਆਫ ਲੱਗ ਜਾਂਦੀ ਹੈ ਮਤਲਬ ਡਿਸਟ੍ਰਿਕਟ ਤੋਂ ਬਾਹਰ ਵੀ ਲੱਗ ਜਾਂਦੀ ਹੈ ਤੇ ਬਸ ਇਨਕ ਨਾਰਮਲ ਜਿਹਾ ਫਰਕ ਵਧੀਆ ਘਟਿਆ ਦਾ ਐਵੇਂ ਦਾ ਕੁਝ ਹੋ ਨਹੀਂ ਠੀਕ ਹੈ ਤੇ ਬਾਕੀ ਜਿਵੇਂ ਕਹਿੰਦੇ ਨੇ ਵੀ ਹਾਂ ਚਾਹ ਪੀਣ ਤੋਂ ਬਾਅਦ ਇਹ ਬਦਲਾਦਾ ਵੀ ਮਿੱਠਾ ਹੈਗਾ ਜਾਂ ਨਹੀਂ ਹਨਾ ਜਾਂ ਨਹੀਂ ਹੈਗਾ ਤਾਂ ਸੇਮ ਤੁਸੀਂ ਡਿਊਟੀ ਕਰਕੇ ਤੁਹਾਨੂੰ پتہ ਲੱਗੇਗਾ ਕਿ ਕਿਹੜੀ ਵਧੀਆ ਜਾਂ ਕਿਹੜੀ ਘਟਿਆ ਠੀਕ ਹੈ ਐਵੇਂ ਦਾ ਕੋਈ ਸੀਨ ਆਉਟ ਨਹੀਂ ਆਂਡ ਨੈਕਸਟ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਹਾਂ ਜਿਹੜੀ ਤੁਹਾਡੀ ਜੁਆਇਨਿੰਗ ਵੋਟਾਂ ਤੋਂ ਪਹਿਲਾਂ ਹੋਊ ਹੋਊ ਜਾਂ ਬਾਅਦ ਵਿੱਚ ਜਾਂ ਕੀ ਪ੍ਰੋਸੈਸ ਹੈਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਆਪਣੀ ਕਹਿੰਨਾ ਕਿ ਚੋਣ ਜਪਤਾ ਹੈ 14 ਫਰਵਰੀ ਤੋਂ ਜਿਹੜੀਆਂ ਆਪਣੇ ਬੋਟਾਂ ਪੈਣੀਆਂ ਨੇ ਤੇ 10 ਮਾਰਚ ਦੇ ਵਿੱਚ ਵਿੱਚ ਇਹਦਾ ਰਿਜ਼ਲਟ ਜਿਹੜਾ ਉਹ ਆ ਜਾਏਗਾ ਤੇ ਉਸ ਤੋਂ ਪਹਿਲਾਂ ਫਿਲਹਾਲ ਦੀ ਲਈ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਇਆ ਇਸ ਤਰ੍ਹਾਂ ਦਾ ਕਿ ਮੈਡੀਕਲ ਦੇ ਬਾਰੇ ਕੋਈ ਹੋਣੀ ਇਨਫੋਰਮੇਸ਼ਨ ਨਹੀਂ ਆਈ ਇਹ ਤਾਂ ਨਾ ਜੋਇਨਿੰਗ ਦੇ ਬਾਰੇ ਹੀ ਹੈ ਕਿਉਂਕਿ ਫਸਟਵਾਲ ਮੈਡੀਕਲ ਦੀ ਹੈ ਤੇ ਉਮੀਦ ਕਰਦੇ ਆ ਕਿ ਨਾ ਜਲਦੀ ਤੋਂ ਜਲਦੀ ਵੋਟਾਂ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਇਹ ਹੋ ਜਾਏਗਾ ਕਿਉਂਕਿ ਵੋਟਾਂ ਨੂੰ ਹਲੇ ਬਹੁਤ ਟਾਈਮ ਹੈ 14 ਫਰਵਰੀ ਤੱਕ ਤੇ ਹਲੇ ਆਲਮੋਸਟ ਮਹੀਨਾ ਪਿਆ ਤੇ ਹੋ ਜਾਏਗਾ ਜਲਦੀ ਤੋਂ ਜਲਦੀ ਜੁਆਇਨਿੰਗ ਹੈ ਜਿਹੜੀ ਜਲਦੀ ਤੋਂ ਜਲਦੀ ਹੋ ਜੇਗੀ ਐਂਡ ਉਮੀਦ ਕਰਦੇ ਆ ਇਸ ਜੀ ਦੀ ਇਹ ਲਿਸਟਾ ਜਿਹੜੀ ਸੈਕੰਡ ਲਿਸਟੀ ਹੁਣ ਗੱਲ ਕਰਦੇ ਨੇ ਬੱਚੇ ਕੀ ਹਨਾ ਵੇਟਿੰਗ ਲਿਸਟ ਮਤਲਬ ਜਿਨ੍ਹਾਂ ਦਾ ਹੁਣ ਨਹੀਂ ਹੋਇਆ ਹੈਗਾ ਕਿਉਂਕਿ ਹੁਣ ਜਿਹੜੇ ਆਇਆ ਸਿਲੈਕਟਡ ਕੈਂਡੀਡੇਟ ਦੀ ਲਿਸਟ ਆਈ ਆ ਮੋਸਟਲੀ ਜਿੰਨੇ ਕੋ ਵੈਕੈਂਸੀ ਸੀਗੀ ਉਹਨੇ ਕੀ ਆਏ ਨੇ ਔਰ ਇਹ ਲਿਸਟ ਤੇ ਕਾਫੀ ਬੱਚੇ ਕਹਿ ਰਹੇ ਸੀਗੇ ਕਿ ਹਨਾ ਕਾਫੀ ਜਿਹੜੇ ਐਕਸ ਸਰਵਿਸਮੈਨ ਨੇ ਹਨਾ ਕਈ ਉਹਨਾਂ ਨੇ ਜੁਆਇਨਿੰਗ ਨਹੀਂ ਕਰਨੀ ਹੈਗੀ ਜਾਂ ਕਈ ਜਿਹੜੇ ਨੇ ਮੈਡੀਕਲ ਦੇ ਵਿੱਚ ਰਹਿ ਜਾਣਗੇ ਤਾਂ ਫਿਰ ਕੀ ਆ ਸਾਡਾ ਵੀ ਨੰਬਰ ਆ ਸਕਦਾ ਜਾਂ ਨਹੀਂ ਦੇਖੋ ਜੀ ਹਾਲੇ ਇਸ ਤਰ੍ਹਾਂ ਦਾ ਕੋਈ ਕਲੀਅਰ ਆਊਟ ਨਹੀਂ ਹੈ ਕਿ ਹਨਾ ୱੇਟਿੰਗ ਲਿਸਟ ਦੇ ਬਾਰੇ ਕੁਝ ਕਲੀਅਰ ਨਹੀਂ ਹੈ ਜਿਵੇਂ ਕੋਈ ਅਪਡੇਟ ਆਂਦੀ ਹੈ ਇਸ ਦੇ ਰਿਗਾਰਡਿੰਗ ਕਿ ਹਨਾ ਸੈਕੰਡ ਲਿਸਟ ਹੋਦੀ ਸੀ ਜੋ ਅਫੀਸ਼ਲ ਨੋਟੀਫਿਕੇਸ਼ਨ ਦੇ ਇਸ ਤਰ੍ਹਾਂ ਦੀ ਕੋਈ ਸੈਕੰਡ ਲਿਸਟ ਆਏਗੀ ਜਾਂ ਨਹੀਂ ਤਾਂ ਉਸ ਤੋਂ ਪਹਿਲਾਂ ਕਹਿਣਾ ਕੁਝ ਵੀ ਹਨਾ ਪੋਸੀਬਲ ਨਹੀਂ ਹੈ ਤੇ ਬਾਕੀ ਦੋਸਤੋ ਤੁਹਾਡਾ ਜੇ ਹੋਰ ਕੋਈ ਕਿਸ ਤਰ੍ਹਾਂ ਦਾ ਕੋਈ ਕੁਐਸਚਨ ਹੈ ਕਿਸ ਰਿਗਾਰਡਿੰਗ ਜਾਂ ਕਿਸੇ ਵੀ ਚੀਜ਼ ਦੇ ਰਿਗਾਰਡਿੰਗ ਤੇ ਹਨਾ ਤਾਂ ਤੁਸੀਂ ਮੈਂ ਹੇਠੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਤਾਂ ਮੈਂ ਜ਼ਰੂਰ ਹੈਲਪ ਆਊਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਇਗਲ ਹੋਰ ਦੋਸਤੋ ਤੇ ਕਿਉਂਕਿ ਕੱਲ ਜਿਵੇਂ ਕਿ ਕੱਲੇ ਵਾਰਸੋ ਜੋ ਜਿਹੜੀ ਲਿਸਟ ਆਈ ਆ ਨਾ ਤਾਂ ਉਸ ਦੇ ਵਿੱਚ ਧਿਆਨ ਤਾਂ ਗਿਆ ਨਹੀਂ ਹੈਗਾ ਮੋਸਟਲੀ ਤਾਂ ਜਿਹੜੇ ਤੁਸੀਂ ਸਬਸਕ੍ਰਾਈਬਰਸ ਨੇ ਮੇਰੇ ਵਿੱਚ ਜੋ ਵੀ ਤੇ ਉਹਨਾਂ ਨੇ ਕਾਲ ਕੀਤਾ ਮੈਨੂੰ ਤੇ ਉਹਨਾਂ ਨੇ ਦੱਸਿਆ ਕਿ ਇਸ ਦਿਵਸ ਸਰਕ ਸਰਵਿਸਮੈਨ ਦੀ ਜਿਹੜੀ ਗਰਲਸ ਦੀ ਲਿਸਟ ਆ ਉਹ ਨਹੀਂ ਆਈ ਹੈਗੀ ਤਾਂ ਮਤਲਬ ਕੱਟ ਆਫ ਨਹੀਂ ਦਿੱਤੀ ਹੋਏਗੀ ਤਾਂ ਉਸ ਦੇ ਰਿਗਾਰਡਿੰਗ ਉਹਨਾਂ ਨੇ ਕਾਲ ਕੀਤਾ ਸੀਗਾ ਤਾਂ ਉਹਨਾਂ ਨੂੰ ਮੈਂ ਜਿੰਨੀ ਹੈਲਪ ਹੋ ਸਗੀ ਮੈਂ ਉਹਨਾਂ ਦੀ ਕੀ ਹੈਲਪ ਕੀਤੀ ਤੇ ਤੁਹਾਡਾ ਵੀ ਜੇਕਰ ਇਸ ਤਰ੍ਹਾਂ ਦਾ ਕੋਈ ਕੁਐਸਚਨ ਹੁੰਦਾ ਜਾਂ ਕੋਈ ਵੀ ਤੁਹਾਡੀ ਤੁਹਾਨੂੰ ਲੱਗਦਾ ਹੈ ਕਿ ਕੁਛ ਹੈ ਨਾ ਜਾਂ ਇਸ ਵਿੱਚ ਪ੍ਰੋਬਲਮ ਹੈ ਗ੍ਰੇਡ ਤਾਂ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰਕੇ ਦੱਸ ਸਕਦੇ ਹੋ ਕਿਉਂਕਿ ਜੇ ਤੁਸੀਂ ਦੱਸੋਗੇ ਨਹੀਂ ਤਾਂ ਕੋਈ ਸੀ ਦਾ ਸੋਲੂਸ਼ਨ ਹੀ ਨਿਕਲੇਗਾ ਅ ਜੋ ਵੀ ਮੇਰੇ ਨਿਊ ਸਬਸਕ੍ਰਾਈਬਰ ਨੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਹੈ ਕੰਟੈਕਟ ਨੰਬਰ ਦੇ ਬਾਰੇ ਮੈਂ ਤੁਹਾਨੂੰ ਕੰਟੈਕਟ ਨੰਬਰ ਆਪਣਾ ਦਿਖਾ ਦੇਣਾ ਚਾਹਣਾ 8847478213 ਤੇ ਦੋਸਤੋ نیچے ਮੇਰਾ ਇੰਸਟਾਗ੍ਰam ਦਾ ਇੰਸਟਾਗ੍ਰam ਦਾ ਲਿੰਕ ਹੈ ਉੱਥੇ ਜਾ ਕੇ ਮੈਨੂੰ ਜ਼ਰੂਰ ਫੋਲੋ ਕਰੋ ਤੇ نیچے ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਆਪਣੇ ਕੌਂਟਸ ਦੇ ਜੋ ਵੀ ਆ ਕਮੈਂਟਸ ਤੁਹਾਡਾ ਹੋਏਗਾ ਜਾਂ ਕੋਈ ਤੁਹਾਡਾ ਕੁਐਸਚਨ ਹੈ ਤਾਂ ਮੈਂ ਜਰੂਰ ਪੁਟ ਆਨ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਦੋਸਤੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਹੋਰ ਵੀ ਬਹੁਤ ਸਾਰੇ ਡਾਊਟਸ ਨੇ ਜੇ ਇਨ ਫਿਊਚਰ ਤੁਹਾਨੂੰ ਕੋਈ ਪ੍ਰੋਬਲਮ ਆ ਦੇ ਕਿਸ ਤਰ੍ਹਾਂ ਦੀ ਤਾਂ ਜਰੂਰ ਕਲੀਅਰ ਹੋਣਗੇ ਇਸ ਵਿੱਚ ਤੇ ਮਿਲਦੇ ਹਾਂ ਦੋਸਤੋ ਤੁਹਾਡਾ ਤੁਹਾਡੇ ਲਈ ਨੈਕਸਟ ਵੀਡੀਓ ਦੇ ਵਿੱਚ ਤੇ ਰੱਖੋ ਲਈ ਜੈ ਹਿੰਦ